ਪਿੰਡ ਪੱਕਾ 'ਚ ਜਿਹੜਾ ਡਬਲ ਮਰਡਰ ਹੋਇਆ ਸੀ, ਇੱਕ ਮੰਦਭਾਗੀ ਬਹੁਤ ਘਟਨਾ ਹੋਈ ਸੀ ਜਿਹ 'ਚ ਇੱਕ ਫਾਦਰ ਸਨ ਡਿਓ ਦਾ ਬਹੁਤ ਹੀ ਇੱਕ ਬਰੂਟਲ ਤਰੀਕੇ ਨਾਲ ਮਰਡਰ ਹੋਇਆ ਸੀ। ਉਹ 'ਚ ਫਾਜ਼ਿਲਕਾ ਪੁਲਿਸ ਦੀ ਸਾਡੀ ਸਾਰੀ ਟੀਮ ਇੰਕਲੂਡਿੰਗ DSP ਡੀ ਰਿਸ਼ਪਾਲ ਜੀ, DSP ਜਲਾਲਾਬਾਦ ਅਚਰਾਮ ਸ਼ਰਮਾ ਜੀ, CIA ਦੀ ਟੀਮ, ਇੰਸਪੈਕਟਰ ਸਚਿਨ, ਇੰਸਪੈਕਟਰ ਅਮਰਿੰਦਰ, ਐਡੀਸ਼ਨਲ SHO ਅਰਨੀਵਾਲਾ ਗੁਰਿੰਦਰ, ਅਤੇ ਇਹ ਜਿਹੜੀ ਮੇਰੀ ਪੂਰੀ ਟੀਮ ਮੇਰੇ ਪਿੱਛੇ ਖੜੀ ਹੈ, ਇਹਨਾਂ ਨੇ ਬਹੁਤ ਮਿਹਨਤ ਕਰਕੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਵੱਖ ਵੱਖ ਥਾਵਾਂ 'ਤੇ ਰੇਡਾਂ ਕਰਕੇ ਉਹਦੇ 'ਚ ਜਿਹੜੇ 3 ਹੱਕੀ ਦੋਸ਼ੀ ਸੀ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬੀ ਪਾਈ ਹੈ। ਇਸ ਤੋਂ ਇਲਾਵਾ ਜਿਹੜਾ ਮੇਨ ਬੰਦਾ ਸੀ ਜਿਹਨੇ ਫਾਇਰ ਕੀਤੇ ਸੀ ਆਪਣੇ ਲਾਇਸੈਂਸੀ ਪਿਸਟਲ ਨਾਲ, ਉਹਨੂੰ ਵੀ ਅਰੈਸਟ ਕੀਤਾ ਗਿਆ ਹੈ, ਅਤੇ ਇਸ ਵਾਰਦਾਤ 'ਚ ਵਰਤਿਆ ਗਿਆ ਪਿਸਤੌਲ ਉਹਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਤੋ ਇਹ ਸਾਡੀ ਇੱਕ ਕੋਸ਼ਿਸ਼ ਹੈ ਪੰਜਾਬ ਪੁਲਿਸ ਦੀ, ਫਾਜ਼ਿਲਕਾ ਪੁਲਿਸ ਦੀ, ਕਿ ਜਿਹੜੀ ਇਹ ਡਿਸੀਜ਼ਡ ਦੀ ਫੈਮਿਲੀ ਹੈ ਉਹਨੂੰ ਅਸੀਂ ਇੱਕ ਇੰਸਟੈਂਟ ਜਸਟਿਸ ਦਵਾਉਣ ਦੀ ਅਸੀਂ ਕੋਸ਼ਿਸ਼ ਕੀਤੀ ਹੈ, ਐਂਡ ਵੀ ਵਿਲ ਆਲਸੋ ਇਨਸ਼ੋਰ ਕਿ ਇਸ ਕੇਸ 'ਚ ਇਨਵੈਸਟੀਗੇਸ਼ਨ ਜਿੰਨਾ ਜਲਦੀ ਤੋਂ ਜਲਦੀ ਸਮੇਂ 'ਚ ਅਸੀਂ ਪੂਰੀ ਕਰ ਸਕਣ, ਅਤੇ ਇਹਦਾ ਸਹੀ ਤਰੀਕੇ ਨਾਲ ਪ੍ਰੋਪਰ ਐਵੀਡੈਂਸਿਸ ਮਿਸਲ 'ਤੇ ਲਿਆ ਕੇ ਬਹੁਤ ਜਲਦੀ ਅਸੀਂ ਚਲਾਨ ਵੀ ਪੇਸ਼ ਕਰਾਂਗੇ। ਕੀ ਨਾਮ ਨੇ ਜਿਹੜਾ ਤਿੰਨ ਜਿਹੜਾ ਜਿਹੜੇ 3 ਬੰਦੇ ਅਰੈਸਟ ਕੀਤੇ ਗਏ ਹੈ ਉਹ 'ਚ ਅਨਮੋਲ ਸਿੰਘ ਉਰਫ ਮੋਲਾ, ਰਘੁਬੀਰ ਸਿੰਘ ਉਰਫ ਗੋਮਾ, ਔਰ ਪਲਵਿੰਦਰ ਸਿੰਘ ਉਰਫ ਪਿੰਦਾ। ਇਹ 'ਚ ਪਲਵਿੰਦਰ ਸਿੰਘ ਉਰਫ ਪਿੰਦਾ ਇਹਨੇ ਮੇਨ ਜਿਹੜੀ ਹੈਗੀ ਗੋਲੀਆਂ ਉੱਥੇ ਚਲਾਈਆਂ ਸੀਗੀਆਂ। ਇਹਨਾਂ ਦਾ ਪ੍ਰੀਵੀਅਸ ਜਿਹੜਾ ਸਟੈਂਡਿੰਗ ਡਿਸਪਿਊਟ ਸੀ ਉਹ ਠੇਕੇ ਦੀ ਜ਼ਮੀਨ ਨੂੰ ਲੈ ਕੇ ਸੀ, ਅਤੇ ਪਰਸੋਂ ਸ਼ਾਮੀ ਪਾਣੀ ਦੀ ਵਾਰੀ ਨੂੰ ਲੈ ਕੇ ਇਹਨਾਂ ਦਾ ਇੱਕ ਟ੍ਰਿਗਰਿੰਗ ਫਲੈਸ਼ ਪੁਆਇੰਟ ਹੋਇਆ ਜਿਹ 'ਚ ਪਰਮਿੰਦਰ ਸਿੰਘ ਪਿੰਦਾ ਔਰ ਇਹਦੇ ਨਾਲ ਇਹਦੇ ਬਾਕੀ ਐਸੋਸੀਏਟਸ ਨੇ ਉਸ ਉੱਥੇ ਜਾ ਕੇ ਇਹ ਡਿਸੀਜ਼ ਅਤੇ ਉਹਦੇ ਸੰਨ ਦੇ ਉੱਤੇ ਅਟੈਕ ਕੀਤਾ, ਅਤੇ ਪਿਸਟਲ ਫਾਇਰ ਦੀ ਵਜ੍ਹਾ ਨਾਲ ਉਹਨਾਂ ਦੀ ਅਨਫੋਰਚੁਨੇਟ ਡੈਥ ਹੋ ਜੀ। ਜਿੰਨੇ ਰਾਊਂਡ ਫਾਇਰ ਹੋਏ ਹੈ ਦੈਟ ਇਜ਼ ਅ ਸਬਜੈਕਟ ਆਫ ਅਸੈਸਮੈਂਟ, ਕੱਲ੍ਹ ਪੋਸਟਮਾਰਟਮ ਹੋਇਆ ਅਤੇ ਡਾਕਟਰਸ ਨੇ ਆਪਣੀ ਫਾਈਂਡਿੰਗਸ ਜੋ ਹੈ ਉਹ ਪੋਸਟਮਾਰਟਮ ਰਿਪੋਰਟ 'ਚ ਉਹ 'ਚ ਉਹਨਾਂ ਨੇ ਲਿਖ ਦਿੱਤੀ ਕਿ ਇਹ ਜਿਹੜਾ ਇਸ਼ੂ ਸੀ ਉਹ ਪੁਲਿਸ ਦੀ ਨੌਲੇਜ 'ਚ ਨਹੀਂ ਸੀ, ਕਿਉਂਕਿ ਕਿਸੇ ਵੀ ਦੋਨੋਂ ਧਿਰਾਂ 'ਚ ਕਿਸੇ ਨੇ ਵੀ ਪੁਲਿਸ ਨੂੰ ਇਸ ਤੋਂ ਪਹਿਲਾਂ ਅਪਰੋਚ ਨਹੀਂ ਕੀਤਾ ਸੀ। ਬਟ ਪਿੰਡੋਂ ਜਦੋਂ ਅਸੀਂ ਪਤਾ ਕੀਤਾ ਤਾਂ ਉੱਥੋਂ ਸਾਨੂੰ ਪਤਾ ਚੱਲਿਆ ਕਿ ਇਹ ਕਾਫੀ ਕਈ ਸਾਲਾਂ ਤੋਂ ਇਹ ਇੱਕ ਪ੍ਰੀਵੀਅਸ ਲੌਂਗ ਸਟੈਂਡਿੰਗ ਡਿਸਪਿਊਟ ਸੀਗਾ ਜਿਹ 'ਚ ਪਰਸੋਂ ਇੱਕ ਪਾਣੀ ਦੀ ਵਾਰੀ ਨੂੰ ਲੈ ਕੇ ਇੱਕ ਫਲੈਸ਼ ਪੁਆਇੰਟ ਹੋਇਆ, ਅਤੇ ਇਹ ਇੱਕ ਮੰਦਭਾਗੀ ਘਟਨਾ ਉਹ ਟ੍ਰਿਗਰ ਹੋ ਗਈ। ਨਹੀਂ, ਇਹਨਾਂ ਦੀ ਆਪਸ 'ਚ ਕੋਈ ਰਿਸ਼ਤੇਦਾਰੀ ਨਹੀਂ ਹੈ, ਬਟ ਜਿਹੜੇ 4 ਐਕਿਊਜ਼ਡ ਨੇ ਉਹਨਾਂ 'ਚ 3 ਸਕੇ ਭਰਾ ਨੇ, ਅਤੇ ਇੱਕ ਐਕਿਊਜ਼ਡ ਅਤੇ ਉਹਦਾ ਮੁੰਡਾ, ਚੌਥਾ ਬੰਦਾ ਜਿਹੜਾ ਹੈਗਾ ਉਹ ਇਹਦਾ ਮੁੰਡਾ ਹੈ ਬਲਵੀਰ ਸਿੰਘ ਉਰਫ। ਦੇਖੀਏ, ਦੈਟ ਇਜ਼ ਯੈਟ ਟੂ ਬੀ ਅਸਰਟਨ, ਕਿਉਂਕਿ ਇਹ ਹਲੇ ਹੀ ਫੜੇ ਗਏ ਨੇ ਬੰਦੇ, ਹੁਣ ਅਸੀਂ ਇਹਨਾਂ ਦਾ ਪ੍ਰੋਪਰ ਰਿਮਾਂਡ ਲੈ ਕੇ ਅੱਗੇ ਦੀ ਪੁੱਛਗਿੱਛ ਅਸੀਂ ਕਰਾਂਗੇ। ਕੁਛ ਅਗਰ ਆਉਂਦਾ ਹੈ ਔਨ ਰਿਕਾਰਡ ਤਾਂ ਅਸੀਂ ਫਿਰ ਤੁਹਾਨੂੰ। ਜ਼ਮੀਨ ਜਿਹੜੀ ਹੈਗੀ ਟੋਟਲ ਇਨੀਸ਼ੀਅਲ ਡਿਸਪਿਊਟ ਜਿਹੜਾ ਹੈਗਾ ਉਹ 9 ਕਿੱਲੇ ਜ਼ਮੀਨ ਦਾ ਸੀ, ਬਟ ਇਹਨਾਂ ਦੇ ਕੋਲ 2 ਤੋਂ 2.5 ਕਿੱਲੇ ਜ਼ਮੀਨ ਤੇ ਇਹ ਉਹਨੂੰ ਕਰ ਸੀ। ਦੇਖੀਏ, ਐਜ਼ ਆਫ ਨਾਓ ਤੋਂ ਅਸੀਂ ਜਿਹੜੀ ਰਿਕਵਰ ਕੀਤੀ ਹੈ ਉਹ ਇੱਕ ਪਿਸਟਲ ਰਿਕਵਰ ਕੀਤੀ ਹੈ, ਬਟ ਯੈਸ, ਇਹਦੇ ਨਾਂ ਤੇ ਲਾਇਸੈਂਸਡ ਵੈਪਨਸ 2 ਸੀਗੇ। ਅਸੀਂ ਉਹ ਵੀ ਲਾਇਸੈਂਸ ਕੈਂਸਲੇਸ਼ਨ ਬਾਰੇ ਵੀ ਅਸੀਂ ਲਿਖ ਕੇ ਭੇਜਾਂਗੇ, ਤੇ ਜਿਹੜਾ ਬਾਕੀ ਦੂਜੇ ਵਾਲਾ ਹੈਗਾ ਉਹਨੂੰ ਵੀ ਅਸੀਂ ਜੀ। ਬਾਕੀ ਜਿਹੜੇ ਅਕਿਊਜ਼ ਸੀਗੇ ਉਹਨਾਂ ਦੇ ਕੋਲ ਲੀਥਲ ਵੈਪਨਸ ਸੀ, ਤੋ ਉਹ ਸਾਰੀਆਂ ਇਨਵੈਸਟੀਗੇਸ਼ਨਸ ਦੀਆਂ ਕੁਝ ਗੱਲਾਂ ਹੁੰਦੀਆਂ ਹੈਗੀਆਂ। ਸੋ ਮੈਂ ਤੁਹਾਨੂੰ ਇੱਕ ਮੋਟੀ ਮੋਟੀ ਗੱਲਾਂ ਇੱਥੇ ਦੱਸ ਰਹੀ ਹਾਂ। ਗ੍ਰਿਫਤਾਰੀ ਕਿੱਥੋਂ ਹੋਈ ਹੈ ਜੀ? ਗ੍ਰਿਫਤਾਰੀ ਜੀ ਵੱਖ ਵੱਖ ਥਾਵਾਂ ਤੋਂ ਅਸੀਂ ਕੀਤੀ ਹੈਗੀ, ਸੋ ਉਹ ਸਾਰਾ ਅਸੀਂ ਮਿਸਲ ਤੇ ਲੈ ਕੇ ਆਏ। ਵਾਰਦਾਤ ਤੋਂ ਬਾਅਦ ਕਿੱਥੇ ਨਿਕਲ ਗਏ ਸੀਗੇ? ਹਥਿਆਰ ਕਿੱਥੇ ਛੁਪਾਇਆ ਗਿਆ ਸੀ? ਕਿੱਥੋਂ ਜੀ, ਦੇਖੀਏ, ਇਹ ਜਦੋਂ ਵਾਰਦਾਤ ਹੋਈ ਤੇ ਫਿਰ ਬੰਦਾ ਹੜਬੜਾਹਟ 'ਚ ਹੁੰਦਾ ਹੈ, ਤੇ ਇਹ ਸਾਰੇ ਵੱਖ ਵੱਖ ਥਾਵਾਂ ਤੇ ਪਹੁੰਚ ਗਏ ਸੀ, ਤੇ ਸਾਡੀ ਟੀਮਾਂ ਨੇ 5 ਤੋਂ 6 ਟੀਮਾਂ ਨੇ ਆਲ ਨਾਈਟ ਰੇਡਸ ਕੀਤੀਆਂ ਹੈਗੀਆਂ। ਇਹਨਾਂ ਦੇ ਸਾਰੇ ਜਿਹੜੇ ਠਿਕਾਣੇ ਹੈਗੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਗਿਆ,
ਟੈਕਨੀਕਲ ਸਰਵੇਲੈਂਸ ਏ ਚ ਉਹਨੇ ਸਾਡੀ ਇੱਕ ਬਹੁਤ ਹੈਲਪ ਕੀਤੀ ਤੇ ਮੋਸਟ ਇੰਪੋਰਟੈਂਟਲੀ ਜਿਹੜੀ ਸਾਡੀ ਇਹ ਟੀਮ ਹੈ ਇਹਦੀ ਮਿਹਨਤ ਔਰ ਇੱਕ ਜ਼ੀਲ ਜਿਹਨੂੰ ਮੈਂ ਕਹਿੰਦੀ ਹਾਂ ਇੱਕ ਜਨੂਨ ਕਿ ਨਹੀਂ ਅਸੀਂ ਇਹ ਫੈਮਿਲੀ ਦੇ ਨਾਲ ਇੰਨਾ ਇੱਕ ਮੰਦਭਾਗੀ ਘਟਨਾ ਇਹ ਹੋਈ ਹੈ ਤੇ ਪੁਲਿਸ ਦਾ ਇਹ ਕੰਮ ਹੈ ਕਿ ਅਸੀਂ ਆਪਣੀ ਡਿਊਟੀ ਸਹੀ ਤਰੀਕੇ ਨਾਲ ਕਰਕੇ ਉਹ ਫੈਮਿਲੀ ਨੂੰ ਥੋੜ੍ਹਾ ਜਿਹਾ ਅਸੀਂ ਸੋਲੇਸ ਪ੍ਰੋਵਾਈਡ ਕਰ ਸਕੀਏ। ਉਸ ਇੱਕ ਜਨੂਨ ਕੇ ਸਾਥ ਇਨ ਸਾਰੇ ਸਾਡੇ ਮੁਲਾਜ਼ਮਾਂ ਨੇ ਕੰਮ ਕੀਤਾ ਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਉਹਨਾਂ ਨੇ ਦੋਸ਼ੀਆਂ ਨੂੰ ਫੜਾਇਆ। ਮੈਮ, ਦੋਸ਼ੀਆਂ ਨੇ ਦੱਸਿਆ ਕਿ ਉਸ ਦਿਨ ਹੋਇਆ ਕੀ ਸੀਗਾ ਜਿਸ ਦਿਨ ਇਹ ਸਾਰਾ ਵਿਵਾਦ ਛਿੜ ਗਿਆ ਸੀ? ਦੇਖਿਏ, ਐਜ਼ ਆਈ ਸੈਡ ਕਿ ਇਹ ਕੱਲ ਸ਼ਾਮ ਤੱਕ ਅਰੈਸਟ ਹੋਏ ਹੈ ਐਂਡ ਇਹਨਾਂ ਨੂੰ ਅੱਜ ਅਸੀਂ ਰਿਮਾਂਡ ਜੁਡੀਸ਼ੀਅਲ ਅਸੀਂ ਵੀਲ ਆਸਕ ਫਾਰ ਪੁਲਿਸ ਕਸਟਡੀ ਐਂਡ ਦੈਨ ਡਿਊਰਿੰਗ ਦੈਟ ਪੁਲਿਸ ਕਸਟਡੀ ਵੀਲ ਆਸਕ ਫਾਰ ਆਲ ਦੀਸ ਕੁਐਸਚਨਸ। ਕਿੰਨੇ ਦਿਨ ਦਾ ਰਿਮਾਂਡ ਮਿਲੇਗਾ? ਅਸੀਂ ਹੁਣ ਪੇਸ਼ ਕਰਾਂਗੇ। ਮੈਮ, ਕਿਸ ਤਰ੍ਹਾਂ ਦੇਖਦੇ ਹੋ ਇਸ ਸਾਰੀ ਘਟਨਾ ਨੂੰ ਕਿ ਛੋਟੀ ਜੀ ਵਜ੍ਹਾ ਦੇ ਕਰਕੇ ਕਈ ਪਰਿਵਾਰ ਜਿਹੜੇ ਦੇਖੀਏ, ਯੇ ਇਟ ਇਜ਼ ਮੋਰ ਆਫ ਅ ਕ੍ਰਾਈਮ ਬਿਟਵੀਨ ਟੂ ਪਾਰਟੀਜ਼, ਬਟ ਯੈਸ ਇਹਦਾ ਸੋਸ਼ਲ ਇੰਪੈਕਟ ਅਗਰ ਅਸੀਂ ਦੇਖੀਏ ਤਾਂ ਸਾਨੂੰ ਇਸ ਗੱਲ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਕੋਲ ਵੈਪਨਸ ਹੈਗੇ, ਲਾਇਸੈਂਸਡ ਵੈਪਨਸ ਹੈਗੇ, ਉਹਨਾਂ ਦਾ ਅਸੀਂ ਕਿਵੇਂ ਇਸਤੇਮਾਲ ਕਰ ਰਹੇ ਨੇ, ਨੰਬਰ 1। ਨੰਬਰ 2, ਜਿਹੜੇ ਘਰ ਦੇ ਵੱਡੇ ਬਜ਼ੁਰਗ ਨੇ ਉਹਨਾਂ ਦੀ ਮੈਂ ਬਹੁਤ ਵੱਡੀ ਇੱਕ ਰਿਸਪੋਂਸੀਬਿਲਿਟੀ ਮੰਨਦੀ ਹਾਂ ਕਿ ਜਦੋਂ ਉਹਨਾਂ ਦੇ ਯੰਗਸਟਰਸ ਇੱਥੇ ਲਾਇਸੈਂਸ ਵਾਸਤੇ ਅਪਲਾਈ ਕਰਦੇ ਨੇ ਤਾਂ ਇੱਕ ਚੈੱਕ ਐਂਡ ਬੈਲੈਂਸ ਫੈਮਿਲੀ ਦੇ ਲੈਵਲ 'ਤੇ ਰੱਖੋ ਕਿ ਬਈ ਕਿਸ ਵਾਸਤੇ ਸਾਨੂੰ ਇਹ ਹਥਿਆਰ ਚਾਹੀਦਾ ਹੈ, ਤਾਂ ਇਹ ਬਹੁਤ ਜ਼ਰੂਰੀ ਹੈ। ਦੂਜਾ, ਜਿਹੜਾ ਇਹ ਹੀਟ ਆਫ ਦਾ ਮੂਮੈਂਟ ਜਾਂ ਇੱਕ ਕ੍ਰਾਈਮ ਆਫ ਪੈਸ਼ਨ ਹੁੰਦਾ ਹੈ, ਉਸ ਵੇਲੇ ਉਹਦੇ ਕਿਤਨੇ ਡਿਜ਼ਾਸਟਰਸ ਇਫੈਕਟਸ ਹੋ ਸਕਦੇ ਨੇ, ਦੈਟ ਇਜ਼ ਫੋਰ ਆਲ ਟੂ ਸੀ।